ਜਦੋਂ ਤੋਂ ਅੰਮ੍ਰਿਤਪਾਲ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਖਡੂਰ ਸਾਹਿਬ ਤੋਂ ਚੋਣ ਲੜਨਗੇ, ਉਦੋਂ ਤੋਂ ਇਹ ਪੰਜਾਬ ਦੀ ਹੌਟ ਸੀਟ ਬਣ ਗਈ ਹੈ। ਉੱਧਰ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਚੋਣ ਪਿੜ 'ਚ ਨਿਤਾਰ ਦਿੱਤਾ। ਹਾਲਾਂਕਿ ਵਿਰਸਾ ਸਿੰਘ ਵਲਟੋਹਾ ਤਾਂ ਅੰਮ੍ਰਿਤਪਾਲ ਦੇ ਮਾਪਿਆਂ ਤੋਂ ਸਮਰਥਨ ਮੰਗਣ ਵੀ ਗਏ ਸਨ, ਹਾਲਾਂਕਿ ਉਹਨਾਂ ਨੇ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਖਡੂਰ ਸਾਹਿਬ ਹਲਕਾ ਵੈਸੇ ਵੀ ਬਹੁਤ ਅਹਿਮ ਮੰਨਿਆ ਜਾਂਦਾ, ਇਸ ਨੂੰ ਪੰਥਕ ਹਲਕਾ ਕਿਹਾ ਜਾਂਦਾ ਹੈ। ਜੇਕਰ ਆਪਾਂ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਇੱਥੋਂ ਆਮ ਆਦਮੀ ਪਾਰਟੀ ਨੇ ਆਪਣੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ 'ਤੇ ਦਾਅ ਖੇਡਿਆ। ਕਾਂਗਰਸ ਵੱਲੋਂ ਸਾਬਕਾ MLA ਕੁਲਬੀਰ ਸਿੰਘ ਜੀਰਾ ਨੇ, BJP ਵੱਲੋਂ ਮਨਜੀਤ ਸਿੰਘ ਮੰਨਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਅਤੇ ਆਜ਼ਾਦ ਚੋਣ ਲੜ ਰਹੇ ਨੇ ਅੰਮ੍ਰਿਤਪਾਲ ਸਿੰਘ, ਜਿਨ੍ਹਾਂ 'ਤੇ ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ ਅਤੇ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਅਸਾਮ ਦੀ ਜੇਲ੍ਹ ਦੇ ਵਿੱਚ ਉਹ ਬੰਦ ਨੇ, ਅਤੇ ਇੱਧਰ ਉਹਨਾਂ ਦੇ ਮਾਪੇ ਅੰਮ੍ਰਿਤਸਰ ਦੇ ਵਿੱਚ ਧਰਨਾ ਦੇ ਰਹੇ ਨੇ ਕਿ ਉਹਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੀ ਥਾਂ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਏ ਅਤੇ ਹੁਣ ਅੰਮ੍ਰਿਤਪਾਲ ਸਿੰਘ ਚੋਣ ਵੀ ਲੜਨਗੇ ਪੰਥਕ ਹਲਕੇ ਖਡੂਰ ਸਾਹਿਬ ਤੋਂ। ਜੇਕਰ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਇਹ ਪੰਜਾਬ ਦਾ ਉਹ ਹਲਕਾ ਹੈ ਜਿੱਥੇ ਮਾਝਾ, ਮਾਲਵਾ ਅਤੇ ਦੁਆਬਾ ਤਿੰਨੋਂ ਖਿੱਤਿਆਂ ਦੀਆਂ ਜਿਹੜੀਆਂ ਸੀਟਾਂ ਪੈਂਦੀਆਂ ਨੇ। ਇੱਥੇ ਸਭ ਤੋਂ ਪਹਿਲਾਂ ਜੰਡਿਆਲਾ ਆਉਂਦਾ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇਹ ਪੈਂਦਾ, ਫਿਰ ਤਰਨ ਤਾਰਨ ਜ਼ਿਲ੍ਹੇ ਦੇ ਅਧੀਨ ਹੀ ਆਉਂਦਾ, ਖੇਮਕਰਨ ਤਰਨ ਤਾਰਨ ਜ਼ਿਲ੍ਹੇ ਦੇ ਅਧੀਨ ਆਉਂਦਾ, ਪੱਟੀ ਵੀ ਤਰਨ ਤਾਰਨ ਜ਼ਿਲ੍ਹੇ ਦੇ ਅਧੀਨ ਆਉਂਦਾ ਅਤੇ ਖਡੂਰ ਸਾਹਿਬ ਵੀ ਤਰਨ ਤਾਰਨ ਜ਼ਿਲ੍ਹੇ ਦੇ ਅਧੀਨ ਆਉਂਦਾ। ਇਸ ਦੇ ਇਲਾਵਾ ਬਾਬਾ ਬਕਾਲਾ, ਇਹ ਵੀ ਅੰਮ੍ਰਿਤਸਰ ਜ਼ਿਲ੍ਹੇ ਦੇ ਅਧੀਨ ਆਉਂਦਾ, ਅਤੇ ਇਹ ਉਹ ਹਲਕੇ ਨੇ ਜੋ ਪੈਂਦੇ ਨੇ ਮਾਝੇ ਦੇ ਅੰਦਰ, ਯਾਨੀ ਕਿ 6 ਹਲਕੇ ਅਜਿਹੇ ਨੇ ਖਡੂਰ ਸਾਹਿਬ ਸੀਟ ਦੇ ਅਧੀਨ ਜੋ ਮਾਝੇ ਦੇ ਅੰਦਰ ਆਉਂਦੇ ਨੇ, ਅਤੇ ਇਸ ਦੇ ਇਲਾਵਾ 2 ਨੇ ਜੋ ਦੁਆਬੇ ਦੇ ਅੰਦਰ ਆਉਂਦੇ ਨੇ, ਇਹਨਾਂ ਦੇ ਵਿੱਚ ਕਪੂਰਥਲਾ ਅਤੇ ਨਾਲ ਹੈ ਸੁਲਤਾਨਪੁਰ ਲੋਧੀ। ਇਹ ਦੋਵੇਂ ਹਲਕੇ ਕਪੂਰਥਲਾ ਜ਼ਿਲ੍ਹੇ ਦੇ ਅਧੀਨ ਆਉਂਦੇ ਨੇ, ਯਾਨੀ ਕਿ ਦੁਆਬੇ ਦੇ ਅੰਦਰ ਪੈਂਦੇ ਨੇ, ਅਤੇ ਇੱਕ ਹਲਕਾ ਜੋ ਆਉਂਦਾ ਮਾਲਵੇ ਦੇ ਅਧੀਨ, ਯਾਨੀ ਕਿ ਜੀਰਾ, ਅਤੇ ਇਹ ਮਾਲਵੇ ਦੇ ਅਧੀਨ ਆਉਂਦਾ ਅਤੇ ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਅਧੀਨ ਪੈਂਦਾ, ਅਤੇ ਇਹ ਇੱਕ ਵੱਖਰੀ ਸੀਟ ਹੈ ਜਿੱਥੋਂ ਜਿਹੜੀਆਂ ਤਿੰਨੋਂ ਖਿੱਤਿਆਂ ਦੀਆਂ ਜਿਹੜੀਆਂ ਸੀਟਾਂ ਇਸ ਦੇ ਵਿੱਚ ਆ ਜਾਂਦੀਆਂ ਨੇ। ਜੇਕਰ ਗੱਲ ਕਰੀਏ ਹਲਕਾ ਵਾਈਜ਼ ਤਾਂ ਜਿਹੜਾ ਜੰਡਿਆਲਾ ਹੈ, ਇੱਥੇ ਆਮ ਆਦਮੀ ਪਾਰਟੀ ਦਾ MLA ਹੈ, ਇੱਥੇ ਹਰਭਜਨ ਸਿੰਘ ETO MLA ਨੇ, ਤਰਨ ਤਾਰਨ ਤੋਂ ਵੀ ਆਮ ਆਦਮੀ ਪਾਰਟੀ ਦੇ ਡਾਕਟਰ ਕਸ਼ਮੀਰ ਸਿੰਘ ਸੋਹਲ MLA ਨੇ, ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਸਰਵਨ ਸਿੰਘ ਤੁੰਨ ਨੇ, ਪੱਟੀ ਵੀ ਆਮ ਆਦਮੀ ਪਾਰਟੀ ਕੋਲ ਹੈ। ਲਾਲਜੀਤ ਭੁੱਲਰ ਜੋ ਕੈਬਨਿਟ ਮੰਤਰੀ ਨੇ ਜੋ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ, ਉਹ ਇੱਥੋਂ MLA ਨੇ। ਖਡੂਰ ਸਾਹਿਬ ਤੋਂ ਵੀ ਆਮ ਆਦਮੀ ਪਾਰਟੀ ਦੇ MLA ਮਨਜਿੰਦਰ ਸਿੰਘ ਲਾਲਪੁਰਾ ਨੇ, ਬਾਬਾ ਬਕਾਲਾ ਤੋਂ ਵੀ ਆਮ ਆਦਮੀ ਪਾਰਟੀ ਦੇ MLA ਨੇ ਦਲਬੀਰ ਸਿੰਘ, ਤਾਂ ਉੱਧਰ ਕਪੂਰਥਲਾ ਜਿਹੜਾ ਉਹ ਕਾਂਗਰਸ ਕੋਲ ਹੈ, ਰਾਣਾ ਗੁਰਜੀਤ ਜਿਹੜੇ ਨੇ ਉਹ ਇੱਥੋਂ MLA ਨੇ, ਅਤੇ ਸੁਲਤਾਨਪੁਰ ਲੋਧੀ ਤੋਂ ਰਾਣਾ ਗੁਰਜੀਤ ਦੇ ਬੇਟੇ ਹੀ ਜੋ ਆਜ਼ਾਦ ਤੌਰ 'ਤੇ ਲੜੇ ਸਨ ਉਹ ਜਿੱਤੇ ਸਨ, ਉਹਨਾਂ ਦਾ ਨਾਮ ਹੈ ਰਾਣਾ ਇੰਦਰ ਪ੍ਰਤਾਪ ਸਿੰਘ। ਅਤੇ ਜੀਰਾ ਇੱਥੇ ਵੀ ਆਮ ਆਦਮੀ ਪਾਰਟੀ ਦਾ ਹੀ ਕਬਜ਼ਾ, ਅਤੇ ਇੱਥੇ ਨਰੇਸ਼ ਕਟਾਰੀਆ ਵਿਧਾਇਕ ਨੇ, ਅਤੇ ਜੀਰਾ ਤੋਂ ਜਿਹੜੇ ਸਾਬਕਾ ਵਿਧਾਇਕ ਸਨ ਕੁਲਬੀਰ ਜੀਰਾ, ਉਹ ਹੁਣ ਕਾਂਗਰਸ ਦੇ ਉਮੀਦਵਾਰ ਨੇ ਖਡੂਰ ਸਾਹਿਬ ਤੋਂ। ਅਤੇ ਜੇਕਰ ਪਿੱਛੇ ਬਾਅਦ ਝਾਤ ਪਾਈਏ ਤਾਂ 2009 ਦੇ ਵਿੱਚ ਰਤਨ ਸਿੰਘ ਅਜਨਾਲਾ ਇੱਥੋਂ MP ਬਣੇ, 2014 ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਅਤੇ 2019 ਦੇ ਵਿੱਚ ਇਹ ਸੀਟ ਆਈ ਕਾਂਗਰਸ ਦੇ ਹਿੱਸੇ, ਜਸਬੀਰ ਸਿੰਘ ਡਿੰਪਾ ਇੱਥੋਂ MP ਬਣੇ। ਅਤੇ ਜੇਕਰ ਆਪਾਂ 2019 ਦੇ ਵਿੱਚ ਗੱਲ ਕਰੀਏ ਕਿ ਕਿਹੜੇ ਕਿਹੜੇ ਕੈਂਡੀਡੇਟ ਇੱਥੇ ਸਨ, ਤਾਂ ਉਦੋਂ ਕਾਂਗਰਸ ਵੱਲੋਂ ਸਨ ਜਸਬੀਰ ਸਿੰਘ ਡਿੰਪਾ, ਅਕਾਲੀ ਦਲ ਵੱਲੋਂ ਜਗੀਰ ਕੌਰ, ਅਤੇ ਪੰਜਾਬੀ ਏਕਤਾ ਪਾਰਟੀ ਵੱਲੋਂ ਪਰਮਜੀਤ ਕੌਰ ਖਾਲੜਾ, ਅਤੇ ਆਮ ਆਦਮੀ ਪਾਰਟੀ ਵੱਲੋਂ ਮਨਜਿੰਦਰ ਸਿੰਘ ਸਿੱਧੂ, ਅਤੇ ਕਾਂਗਰਸ ਦੇ ਹਿੱਸੇ ਸੀਟ ਆਈ ਸੀ 2019 ਦੇ ਵਿੱਚ। ਹੁਣ 2024 ਦੇ ਵਿੱਚ ਖਡੂਰ ਸਾਹਿਬ ਤੋਂ ਮੁਕਾਬਲਾ ਦਿਲਚਸਪ ਹੈ, ਕਿਉਂਕਿ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਅੰਮ੍ਰਿਤਪਾਲ ਸਿੰਘ ਮੈਦਾਨ 'ਚ ਨੇ।